हाँ जी, सत श्री अकाल जी सारिआं। ते अज जिहड़ी वीडियो ओह हंगरी दे वर्क परमिट नाल रिलेटेड आ। इन्हां दिनां विच हंगरी दी अपॉइंटमेंट मिलदी आ जां नहीं मिलदी, ओहदे बारे तुहानूं मैं दस्सूंगा। ते की प्रोसैस आ वी हंगरी दे वर्क परमिट दा, मैं तुहानूं ओह दस्सूंगा। इंडिया तों, इत्थों नहीं, इह इंडिया तों होऊगा। इत्थे वास्ते वी तुहानूं मैं दस दूंगा। हुण ऑलमोस्ट सेम ही आ, बट जिहड़ा ज़्यादा इंडिया तों मैं ट्राई करूंगा तुहानूं दस्सण दी। ਦੀ ਜਿਹੜੀ ਨਾ ਪਿੱਛੇ ਥੋੜ੍ਹਾ ਜਿਹਾ ਇਸ਼ੂ ਚੱਲਦਾ ਸੀਗਾ, ਵੈਸੀ ਤਾਂ ਵੈਸੀ ਓਪਨ ਨਹੀਂ ਹੁੰਦੀ ਸੀਗੀ, ਬਟ ਹੁਣ ਅਕਤੂਬਰ ਮਹੀਨੇ ਤੋਂ ਜਿਹੜੀ ਉਹ ਪ੍ਰੋਪਰ ਓਪਨ ਆ ਵੈਸੀ। ਅਤੇ ਜਿਹੜੇ ਇਹਨਾਂ ਨੇ ਵਰਕ ਪਰਮਿਟ ਆ, ਟੂਰਿਸਟ ਵੀਜ਼ੇ ਆ, ਜਿਹੜੇ ਵੀ ਵੀਜ਼ੇ ਹੈਗੇ ਆ, ਉਹ ਦੇਣੇ ਸਟਾਰਟ ਕਰ ਦਿੱਤੇ ਆ ਇੰਡੀਆ ਵਿੱਚ, ਜਿਹੜੀ ਦਿੱਲੀ ਦੇ ਵਿੱਚ ਹੰਗਰੀ ਦੀ ਅੰਬੈਸੀ ਆ। ਅਤੇ ਹੰਗਰੀ ਦੀ ਅੰਬੈਸੀ ਦਾ ਜਿਹੜਾ ਵਰਕ ਪਰਮਿਟ ਆ ਉਹ ਆਪਾਂ ਕਿੱਦਾਂ ਲੈ ਸਕਦੇ ਹਾਂ? ਸਭ ਤੋਂ ਪਹਿਲਾਂ ਜਾਂ ਤਾਂ ਤੁਸੀਂ ਕੋਈ ਏਜੰਟ ਹਾਇਰ ਕਰ ਸਕਦੇ ਆ, ਕੋਈ ਚੰਗਾ ਏਜੰਟ ਆ, ਅਤੇ ਉਹ ਹਾਇਰ ਕਰ ਸਕਦੇ ਆ। ਉਸ ਤੋਂ ਬਾਅਦ ਜੇ ਤੁਹਾਡਾ ਕੋਈ ਰਿਲੇਟਿਵ ਜਾਂ ਯਾਰ ਦੋਸਤ ਹੰਗਰੀ ਦੇ ਵਿੱਚ ਹੈਗਾ ਵਾ, ਉਹਦਾ ਕਿਸੇ ਕੰਪਨੀ ਨਾਲ ਲਿੰਕ ਹੈਗਾ ਵਾ, ਤੇ ਉਹ ਉੱਥੋਂ ਤੁਹਾਨੂੰ ਜਿਹੜਾ ਵਾ ਵਰਕ ਪਰਮਿਟ ਕਢਵਾ ਕੇ ਦੇ ਸਕਦਾ ਵਾ। ਜਿਹੜਾ ਕੰਟਰੈਕਟ ਹੁੰਦਾ ਵਾ ਉਹ ਤੁਹਾਨੂੰ ਕਢਵਾ ਕੇ ਦੇ, ਜਿਹੜਾ ਕੰਟਰੈਕਟ ਆ ਉਹ ਕਢਵਾਉਣ ਨੂੰ 1 ਤੋਂ 2 ਮਹੀਨੇ ਲੱਗ ਜਾਂਦੇ ਆ। ਜਿਹੜਾ ਵਰਕ ਪਰਮਿਟ ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ ਕਢਾਉਣ ਨੂੰ 1 ਤੋਂ 2 ਮਹੀਨੇ ਲੱਗ ਜਾਂਦੇ ਆ ਹੰਗਰੀ ਦਾ। ਉਹ ਕਢਾਉਣ ਤੋਂ ਬਾਅਦ 'ਚ ਫਿਰ ਉਹਨੂੰ ਇੰਡੀਆ ਭੇਜਿਆ ਜਾਂਦਾ ਵਾ। ਉਹਨੂੰ ਤੁਸੀਂ ਅਪਲਾਈ ਕਰਨਾ ਹੁੰਦਾ ਵਾ ਅੰਬੈਸੀ ਦੇ ਵਿੱਚ, ਉਹਦੇ ਵਾਸਤੇ ਜਿਹੜੀ ਅਪਾਇੰਟਮੈਂਟ ਲੈਣੀ ਹੁੰਦੀ ਆ। ਪਹਿਲਾਂ ਅਪਾਇੰਟਮੈਂਟ ਜਲਦੀ ਮਿਲ ਜਾਂਦੀ ਸੀਗੀ, ਬਟ ਹੁਣ ਜਿਹੜੀ ਲੇਟ ਮਿਲਦੀ ਪਈ ਆ। ਅਪਾਇੰਟਮੈਂਟ ਦੀ ਜਿਹੜੀ ਡੇਟ ਆ 1 ਮਹੀਨਾ, 1 ਮਹੀਨੇ ਦੇ ਫਰਕ ਨਾਲ ਮਿਲਦੀ ਆ। ਅਰਮਾਨੀਆ ਵਿੱਚ ਵੀ ਜੇ ਤੁਸੀਂ ਅਪਾਇੰਟਮੈਂਟ ਲੈਣੀ ਆ ਵਿਜ਼ਿਟ ਵੀਜ਼ੇ ਦੀ, ਤਾਂ ਉਹ 20 ਦਿਨ ਤੋਂ 25 ਦਿਨ ਦੇ ਵਿੱਚ ਮਿਲਦੀ ਆ, ਪਰ ਇੰਡੀਆ ਵਿੱਚ 1 ਮਹੀਨੇ ਤੋਂ ਵੱਧ ਟਾਈਮ ਲੱਗਦਾ। 1 ਮਹੀਨੇ ਦੇ ਵਿੱਚ ਤੁਹਾਨੂੰ ਅਪਾਇੰਟਮੈਂਟ ਮਿਲ ਜਾਣੀ ਆ। ਜੇ ਤੁਸੀਂ 1 ਨਵੰਬਰ ਨੂੰ ਅਪਲਾਈ ਕਰੋਗੇ ਤੇ ਤੁਹਾਨੂੰ 25 ਤੋਂ ਬਾਅਦ ਚ 30 ਤੱਕ ਜਾਂ 31 ਜਾਂ 1 ਦਸੰਬਰ ਤੱਕ ਤੁਹਾਨੂੰ ਅਪਾਇੰਟਮੈਂਟ ਮਿਲ ਜਾਂਦੀ ਹੈ, ਫੋਰ ਐਗਜ਼ਾਮਪਲ। ਸੋ ਇਦਾਂ ਹੀ ਇੰਡੀਆ ਦੇ ਵਿੱਚ ਅਪਾਇੰਟਮੈਂਟ ਤਾਂ ਤੁਹਾਨੂੰ ਲੈਣੀ ਪੈਂਦੀ ਹੈ ਵਰਕ ਪਰਮਿਟ ਦੀ। ਤੇ ਜਿਹੜੀ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਆ ਉਹਦੇ ਤੇ ਦੱਸਿਆ ਹੁੰਦਾ ਵਾ ਕਿ ਤੁਹਾਨੂੰ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਵਰਕ ਪਰਮਿਟ, ਜੇ ਤੁਹਾਡੇ ਕੋਲ ਜਿਹੜਾ ਆਇਆ ਵਾ ਉਹਨੂੰ ਅਪਲਾਈ ਕਰਨ ਵਾਸਤੇ। ਉਹਦੇ ਵਾਸਤੇ ਬੈਂਕ ਸਟੇਟਮੈਂਟ ਹੁੰਦੀ ਆ, ਤੇ ਉਹ ਆਲਮੋਸਟ ਜੇ ਤੁਸੀਂ 2 ਤੋਂ 2.5 ਲੱਖ ਦੀ ਬਣਾ ਲਓ ਤਾਂ ਬਹੁਤ ਵਧੀਆ ਵਾ। ਤੁਹਾਡਾ ਪਾਸਪੋਰਟ ਆ ਉਹ ਵੈਲਿਡ ਹੋਣਾ ਚਾਹੀਦਾ 6 ਮਹੀਨੇ ਤੋਂ ਜ਼ਿਆਦਾ, ਠੀਕ ਆ। ਪਾਸਪੋਰਟ ਵੈਲਿਡ ਹੋਣਾ ਚਾਹੀਦਾ ਵਾ, ਵਰਕ ਪਰਮਿਟ ਤੁਹਾਡਾ ਆਇਆ ਵਾ, ਮੈਡੀਕਲ ਦੀ ਨਹੀਂ ਲੋੜ ਹੁੰਦੀ ਹੈਗੀ। ਜੇ ਹੰਗਰੀ ਦੇ ਵਰਕ ਪਰਮਿਟ ਵਾਸਤੇ ਮੈਡੀਕਲ ਦੀ ਲੋੜ ਨਹੀਂ ਹੁੰਦੀ ਹੈਗੀ ਇੱਥੇ। ਹਾਂ, ਕੁਝ ਕਾਰਨਾਂ ਕਰਕੇ ਏਜੰਟ ਕਰਾ ਲੈਂਦੇ ਮੈਡੀਕਲ, ਉਹਨਾਂ ਨੂੰ ਮੇਕ ਸ਼ੋਰ ਕਰਨਾ ਹੁੰਦਾ ਕਿ ਬੰਦੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ, ਇਸ ਕਰਕੇ ਕਰਾ ਲੈਂਦੇ। ਯੂਰਪ ਦੇ, ਅਦਰਵਾਈਜ਼ ਯੂਰਪ ਦੇ ਕਿਸੇ ਵੀ ਕੰਟਰੀ ਵਾਸਤੇ ਮੈਡੀਕਲ ਦੀ ਲੋੜ ਨਹੀਂ ਹੁੰਦੀ ਇੰਡੀਆ ਤੋਂ, ਜਿਹੜਾ ਤੁਸੀਂ ਵੀਜ਼ਾ ਲਵਾਉਂਦੇ ਆ। ਮੈਡੀਕਲ ਦੀ ਲੋੜ ਪੈਂਦੀ ਆ ਜਦੋਂ ਤੁਸੀਂ ਯੂਰਪ ਦੇ ਵਿੱਚ ਆ ਜਾਂਦੇ ਆ ਕਿਸੇ ਵੀ ਕੰਟਰੀ 'ਚ। ਮੰਨ ਲਓ ਤੁਸੀਂ ਆ ਗਏ ਰੋਮਾਨੀਆ ਦੇ ਵਿੱਚ, ਕਿਤੇ ਵੀ ਆ ਗਏ, ਇੱਥੇ ਜਿਹੜਾ TRC ਕਾਰਡ ਬਣਦਾ ਵਾ ਉਹਦੇ ਵਾਸਤੇ ਜਿਹੜੀ ਮੈਡੀਕਲ ਦੀ ਲੋੜ ਹੁੰਦੀ ਆ। ਇੰਡੀਆ ਵਿੱਚ ਵੀਜ਼ੇ ਵਾਸਤੇ ਮੈਡੀਕਲ ਦੀ ਲੋੜ ਨਹੀਂ ਹੁੰਦੀ। ਜਿੱਦਾਂ ਗਲਫ ਦੇ ਵਿੱਚ, ਜਿੱਦਾਂ ਜੇ ਗਲਫ ਦੇ ਵਿੱਚ ਕਿਸੇ ਨੇ ਜਾਣਾ ਤਾਂ ਉਹਦੇ ਵਾਸਤੇ ਮੈਡੀਕਲ ਚਾਹੀਦਾ, ਪਰ ਇੱਥੇ ਨਹੀਂ ਚਾਹੀਦਾ ਹੈਗਾ ਮੈਡੀਕਲ, ਬਟ ਏਜੰਟ ਫਿਰ ਵੀ ਕਰਾ ਲੈਂਦੇ ਆ। ਉਹ ਕਰਾਉਣ ਤੋਂ ਬਾਅਦ 'ਚ ਫਿਰ ਤੁਸੀਂ ਅੰਬੈਸੀ ਆਪਣੀ ਫਾਈਲ ਲੈ ਕੇ ਜਾਣਾ ਹੁੰਦਾ ਖੁਦ, ਉੱਥੇ ਇੰਟਰਵਿਊ ਹੁੰਦੀ ਆ, ਨੋਰਮਲ ਇੰਟਰਵਿਊ ਹੁੰਦੀ ਆ, ਉਹਦੇ ਵਿੱਚ ਕੋਈ ਲੰਬਾ ਚੌੜਾ ਕੁਛ ਨਹੀਂ ਹੁੰਦਾ ਹੈਗਾ। ਇੰਟਰਵਿਊ ਦੇ ਵਿੱਚ ਉਹ ਪੁੱਛਦੇ ਆ ਕਿ ਤੁਸੀਂ ਕਿਹੜੀ ਕੰਟਰੀ ਚੱਲੇ ਆ, ਕਿਸ ਕੰਮ ਵਿੱਚ ਚੱਲੇ ਆ, ਤੁਹਾਡੀ ਸੈਲਰੀ ਕਿੰਨੀ ਆ, ਅਤੇ ਫਿਰ ਉੱਥੇ ਤੁਹਾਡੀ ਰਹਿਸ਼, ਖਾਣਾ ਪੀਣਾ ਉਹ ਮਤਲਬ ਕੌਣ ਕਰੂਗਾ, ਤੁਹਾਡੀ ਕੰਪਨੀ ਆ ਤੁਸੀਂ, ਅਤੇ ਤੁਹਾਡਾ ਕੀ ਕੰਮ ਹੋਊਗਾ, ਕਿੰਨੇ ਘੰਟੇ ਜੋਬ ਆ। ਸਰ ਇਹ ਨੋਰਮਲ ਨੋਰਮਲ ਇੰਟਰਵਿਊ ਹੁੰਦੀ ਆ ਜਿਹੜੀ ਹੰਗਰੀ ਦੀ ਹੁੰਦੀ ਆ, ਜਿਹੜੀ ਹੰਗਰੀ ਦੀ ਅੰਬੈਸੀ ਵਿੱਚ ਪੁੱਛਦੇ ਆ। ਤਕਰੀਬਨ ਉਹ ਬੰਦੇ ਨੂੰ ਖੁਦ ਹੀ ਜਾਣਾ ਪੈਂਦਾ ਵਾ। ਬਾਕੀ ਡਾਕੂਮੈਂਟ ਦੇ ਵਿੱਚ ਆਪਣੀ ਮੇਲ ਤੇ ਕੰਟੈਕਟ ਨੰਬਰ ਤੁਸੀਂ ਲਾਉਣਾ ਹੁੰਦਾ ਵਾ। ਅਦਰਵਾਈਜ਼ ਕਿ ਜੇ ਕਿਸੇ ਨੇ ਏਜੰਟ ਕੋਲੋਂ ਕੰਮ ਕਰਵਾਇਆ ਤਾਂ ਉਹ ਆਪਣੀ ਮੇਲ ਤੇ ਆਪਣਾ ਕੰਟੈਕਟ ਨੰਬਰ ਲਾਉਂਦਾ, ਕਿਉਂਕਿ ਜਦੋਂ ਉਹਨਾਂ ਨੂੰ ਜਿਹੜੀ ਆ ਪਾਸਪੋਰਟ ਮਿਲਣਾ ਵਾ ਤੇ ਉਹ ਖੁਦ ਬੰਦਾ ਹੀ ਲੈ ਕੇ ਆ ਸਕਦਾ ਵਾ। ਯਾਨੀ ਏਜੰਟ ਨੂੰ ਫੋਨ, ਉਹ ਜਿਹੜਾ ਨੰਬਰ ਜਾਂ ਮੇਲ ਉਹਨਾਂ ਨੇ ਲਾਈ ਹੁੰਦੀ ਆ ਡਾਕੂਮੈਂਟ ਦੇ ਵਿੱਚ, ਪਾਈ ਲਿਖੀ ਹੁੰਦੀ ਆ, ਉਹਦੇ ਤੇ ਉਹਨਾਂ ਨੂੰ ਮੇਲ ਜਾਂ ਫੋਨ ਆਉਂਦਾ ਵਾ ਕਿ ਆਪਣਾ ਪਾਸਪੋਰਟ ਲੈ ਜਾਓ। ਬਟ ਜਦੋਂ ਤੁਹਾਡੀ ਸਟਾਰਟਿੰਗ ਦੇ ਵਿੱਚ ਇੰਟਰਵਿਊ ਹੁੰਦੀ ਆ, ਜਦੋਂ ਤੁਸੀਂ ਅੰਬੈਸੀ ਦੇ ਵਿੱਚ ਜਾਂਦੇ ਹੋ ਜਿਸ ਦਿਨ ਦੀ ਤੁਹਾਡੀ ਅਪਾਇੰਟਮੈਂਟ ਆ, ਉਸ ਦਿਨ ਜਦੋਂ ਇੰਟਰਵਿਊ ਹੁੰਦੀ ਆ ਉਦੋਂ ਕੋਈ ਮੇਕ ਸ਼ੋਰ ਨਹੀਂ ਉਹ ਕਰਦੇ ਕਿ ਤੁਹਾਡਾ ਵੀਜ਼ਾ ਲੱਗੂ ਜਾਂ ਨਹੀਂ ਲੱਗੂ। ਉਸ ਤੋਂ ਬਾਅਦ 'ਚ ਜਿਹੜਾ ਵੀਜ਼ੇ ਲੱਗਣ ਦਾ ਪ੍ਰੋਸੈਸ ਆ ਨਾ ਉਹ 90 ਦਿਨ ਦਾ ਹੁੰਦਾ, ਯਾਨੀ 3 ਮਹੀਨੇ ਦੇ ਵਿੱਚ ਰਿਜ਼ਲਟ ਦੇਣਾ ਹੁੰਦਾ ਅੰਬੈਸੀ ਨੇ, ਹੰਗਰੀ ਦੀ ਅੰਬੈਸੀ ਨੇ 3 ਮਹੀਨੇ ਦੇ ਵਿੱਚ ਰਿਜ਼ਲਟ ਦੇਣਾ ਹੁੰਦਾ। ਉਹ ਰਿਜ਼ਲਟ ਤੁਹਾਨੂੰ 1 ਮਹੀਨੇ 'ਚ ਮਿਲ ਜੇ, 15 ਦਿਨਾਂ 'ਚ ਮਿਲ ਜੇ, 2 ਮਹੀਨੇ 'ਚ ਮਿਲ ਜੇ, ਹੋ ਸਕਦਾ ਤੁਹਾਨੂੰ 3 ਹੀ ਲੱਗ ਜਾਣ। ਉਹ 3 ਮਹੀਨੇ ਦੇ ਵਿੱਚ ਜਿਹੜਾ ਰਿਜ਼ਲਟ ਮਿਲਣਾ ਹੁੰਦਾ ਵਾ, ਅਤੇ ਜਦੋਂ ਰਿਜ਼ਲਟ ਮਿਲਦਾ ਵਾ ਉਹ ਮੇਲ ਕਰ ਦਿੰਦੇ ਆ, ਜਿਹੜੀ ਤੁਸੀਂ ਮੇਲ ਲਿਖ ਕੇ ਆਏ ਆ ਡਾਕੂਮੈਂਟ ਦੇ ਵਿੱਚ, ਆਪਣੇ ਪੇਪਰਾਂ ਦੇ ਵਿੱਚ ਜਿਹੜੀ ਤੁਸੀਂ ਮੇਲ ਜਾਂ ਨੰਬਰ ਲਿਖਿਆ ਵਾ ਉਹਦੇ 'ਤੇ ਉਹ ਮੇਲ ਕਰਦੇ ਆ।
ਕਿ ਇੰਨੀ ਤਰੀਕ ਨੂੰ ਆ ਕੇ ਆਪਣਾ ਜਿਹੜਾ ਪਾਸਪੋਰਟ ਲੈ ਜਾਇਓ ਜਾਂ ਇੰਨੀ ਤਰੀਕ ਤੋਂ ਬਾਅਦ ਜਦੋਂ ਮਰਜ਼ੀ ਲੈ ਜਾਇਓ। ਫਿਰ ਜਿਸ ਬੰਦੇ ਜਿਹੜਾ ਬੰਦਾ ਇੰਟਰਵਿਊ ਦੇ ਕੇ ਆਇਆ ਹੁੰਦਾ, ਜਿਸ ਬੰਦੇ ਦੀ ਫਾਈਲ ਹੁੰਦੀ ਆ, ਜਿਸ ਬੰਦੇ ਦਾ ਵਰਕ ਪਰਮਿਟ ਆਇਆ ਹੁੰਦਾ ਵਾ, ਉਹਨੇ ਜਾਣਾ ਹੁੰਦਾ ਐਮਬੈਸੀ 'ਚ, ਕੋਈ ਦੂਸਰਾ ਬੰਦਾ ਨਹੀਂ ਲੈ ਸਕਦਾ ਹੈਗਾ ਜਿਹੜਾ ਉਹਦਾ ਪਾਸਪੋਰਟ ਆ। ਉਹਨੇ ਜਾ ਕੇ ਫਿਰ ਪਾਸਪੋਰਟ ਕਲੈਕਟ ਕਰਨਾ ਹੁੰਦਾ। ਪਾਸਪੋਰਟ ਇੱਕ ਪੈਕਟ ਦੇ ਵਿੱਚ ਬੰਦ ਹੁੰਦਾ ਵਾ, ਅਤੇ ਉਹਦੇ 'ਤੇ ਲਿਖਿਆ ਨਹੀਂ ਹੁੰਦਾ ਕਿ ਵੀਜ਼ਾ ਲੱਗਾ ਜਾਂ ਨਹੀਂ ਲੱਗਾ। ਉਹ ਤੁਸੀਂ ਖੋਲੋਂਗੇ ਉਹਨੂੰ, ਖੋਲ ਕੇ ਬਾਅਦ 'ਚ ਹੀ ਤੁਹਾਨੂੰ ਪਤਾ ਲੱਗੂਗਾ ਕਿ ਸਾਡਾ ਵੀਜ਼ਾ ਲੱਗ ਗਿਆ ਜਾਂ ਨਹੀਂ ਲੱਗ ਗਿਆ ਹੰਗਰੀ ਦਾ। ਹੁਣ ਇਹਨਾਂ ਦਿਨਾਂ ਦੇ ਵਿੱਚ ਹੰਗਰੀ ਦੇ ਜਿਹੜੇ ਵੀਜ਼ੇ ਆ ਕਾਫੀ ਲੱਗ ਰਿਹਾ, ਵਰਕ ਪਰਮਿਟ ਜਿਨ੍ਹਾਂ ਨੇ ਵਰਕ ਪਰਮਿਟ ਕਢਾਏ ਆ ਨਾ ਉਹ ਬਹੁਤ ਲੱਗ ਰਹੇ ਆ। ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਬਹੁਤ ਰਿਜੈਕਸ਼ਨ ਲਾਈਆਂ ਨਾ, ਅਤੇ ਬਹੁਤ ਸਾਰੀਆਂ ਇਹਨਾਂ ਨੇ ਰਿਜੈਕਸ਼ਨ ਲਾਈਆਂ ਸੀਗੀਆਂ, ਕੋਵਿਡ ਕਰਕੇ ਸੀਗਾ, ਇਹਨਾਂ ਨੂੰ ਕੋਈ ਬਹਾਨਾ ਚਾਹੀਦਾ ਸੀਗਾ, ਬਟ ਹੁਣ ਸਾਰਾ ਕੁਝ ਨੋਰਮਲ ਹੋ ਗਿਆ ਵਾ, ਇਸ ਕਰਕੇ ਹੰਗਰੀ ਦੇ ਵੀਜ਼ੇ ਮਿਲਦੇ ਪਏ ਆ। ਅਤੇ ਹੰਗਰੀ ਦੇ ਵੀਜ਼ੇ ਨੂੰ ਜਿਹੜਾ ਟਾਈਮ ਲੱਗਦਾ ਵਾ ਉਹ 4 ਤੋਂ 5 ਮਹੀਨੇ ਲੱਗ ਜਾਂਦੇ ਆ। ਯਾਨੀ ਜੇ ਤੁਹਾਡਾ 2 ਮਹੀਨੇ ਦੇ ਵਿੱਚ ਜਿਹੜਾ ਵਰਕ ਕੰਟਰੈਕਟ ਆਉਂਦਾ ਵਾ, ਉਸ ਤੋਂ ਬਾਅਦ 'ਚ ਅੰਬੈਸੀ ਦੀ ਅਪੁਆਇੰਟਮੈਂਟ ਲੈਣੀ ਆ, ਅੰਬੈਸੀ ਦੀ ਅਪੁਆਇੰਟਮੈਂਟ ਲੈਣ ਤੋਂ ਬਾਅਦ 3 ਮਹੀਨੇ ਦਾ ਰਿਜ਼ਲਟ ਉਹ ਹੁੰਦਾ ਵਾ, 3 ਮਹੀਨੇ ਦੇ ਵਿੱਚ ਜਿਹੜਾ ਰਿਜ਼ਲਟ ਆਉਂਦਾ। ਘੱਟੋ ਘੱਟ 4 ਤੋਂ 5 ਮਹੀਨੇ ਤੱਕ ਜਿਹੜਾ ਟਾਈਮ ਲੱਗ ਜਾਂਦਾ ਵਾ ਹੰਗਰੀ ਦੇ ਵਰਕ ਪਰਮਿਟ ਨੂੰ, ਆਲਮੋਸਟ ਇੰਨਾ ਕੀ ਟਾਈਮ ਲੱਗਦਾ ਵਾ। ਕੁਝ ਕੰਟਰੀ ਆ ਜਿਨ੍ਹਾਂ ਨੂੰ ਘੱਟ ਟਾਈਮ ਲੱਗਦਾ ਵਾ, 2 ਤੋਂ 3 ਮਹੀਨੇ, ਬਾਕੀ ਸਾਰੇ ਕੰਟਰੀਆਂ ਨੂੰ ਇੱਦਾਂ ਹੀ ਟਾਈਮ ਲੱਗਦਾ ਵਾ। ਰੋਮਾਨੀਆ ਨੂੰ ਜਿਹੜਾ ਸਾਲ ਲੱਗ ਜਾਂਦਾ ਵਾ। ਡਿਪੈਂਡ ਹੁੰਦਾ ਕਿ ਕਿੰਨਾ ਕੁ ਰਸ਼ ਵਾ ਅੰਬੈਸੀ ਦੇ ਵਿੱਚ, ਕਿੰਨੀਆਂ ਕੁ ਫਾਈਲਾਂ ਲੋਕ ਸਬਮਿਟ ਕਰ ਰਹੇ, ਹੰਗਰੀ ਦੇ ਵਿੱਚ ਇੰਨੀਆਂ ਫਾਈਲਾਂ ਲੋਕ ਸਬਮਿਟ ਨਹੀਂ ਕਰ ਰਹੇ ਹੈਗੇ। ਸੋ ਬਾਕੀ ਵਰਕ ਪਰਮਿਟ ਦੇ ਵਿੱਚ ਰਿਜੈਕਸ਼ਨ ਦੇ ਚਾਂਸ ਵੀ ਹੈਗੇ ਹੰਗਰੀ ਦੇ ਵਿੱਚ। ਰਿਜੈਕਸ਼ਨ ਦੇ ਕਈ ਚਾਂਸ ਹੁੰਦੇ ਆ, ਜਿੱਦਾਂ ਕਿ ਤੁਹਾਡੀ ਜਿਹੜੀ ਸੈਲਰੀ ਆ ਜੇ ਉਹ ਘੱਟ ਲਾਉਂਦੇ, ਕੋਈ ਵੀ ਇਸ਼ੂ ਹੁੰਦਾ ਜਾਂ ਉਹਨਾਂ ਨੂੰ ਲੱਗੇ ਕੋਈ ਪ੍ਰੋਬਲਮ ਲੱਗੇ ਤੁਹਾਡੇ ਡਾਕੂਮੈਂਟ ਵਿੱਚ, ਤਾਂ ਉਹ ਤੁਹਾਨੂੰ ਰਿਜੈਕਸ਼ਨ ਦੇ ਦਿੰਦੇ ਆ। ਮਤਲਬ ਤੁਹਾਡੇ ਪਾਸਪੋਰਟ 'ਤੇ ਰਿਜੈਕਸ਼ਨ ਲੱਗ ਜਾਂਦੀ, ਇੱਕ ਛੋਟੀ ਜਿਹੀ ਸਟੈਂਪ ਲੱਗ ਜਾਂਦੀ ਹੈ ਰਿਜੈਕਸ਼ਨ ਵਾਲੀ, ਜਿਹਨੂੰ ਰਿਫਿਊਜ਼ਲ ਕਹਿੰਦੇ ਆ, ਰਿਜੈਕਸ਼ਨ ਲੱਗ ਜਾਂਦੀ ਆ, ਅਤੇ ਉਹਦਾ ਹੱਲ ਹੈਗਾ ਵਾ ਉਹ ਤੁਸੀਂ ਉਹਦੇ ਵਿੱਚ ਇਹਨਾਂ ਨੇ ਟਾਈਮ ਪੀਰੀਅਡ ਦਿੱਤਾ ਹੁੰਦਾ 1 ਮਹੀਨੇ ਦਾ ਜਾਂ 15 ਦਿਨ ਜਾਂ 20 ਦਿਨ ਦਾ, ਉਹਦੇ ਵਿੱਚ ਤੁਸੀਂ ਦੁਬਾਰਾ ਰੀਪੀਲ ਕਰਨੀ ਹੁੰਦੀ ਆ, ਅਪਲਾਈ ਕਰਨਾ ਹੁੰਦਾ ਦੁਬਾਰਾ ਜਿਹੜਾ ਤੁਹਾਡਾ ਇੱਕ ਡਾਕੂਮੈਂਟ, ਜਿਸ ਡਾਕੂਮੈਂਟ 'ਤੇ ਤੁਹਾਡੀ ਰਿਜੈਕਸ਼ਨ ਆਈ ਆ। ਮੰਨ ਲਓ ਕਿ ਤੁਹਾਡੀ ਰਿਜੈਕਸ਼ਨ ਸਟੇਟਮੈਂਟ 'ਤੇ ਆ ਗਈ ਆ, ਜਾਂ ਤੁਹਾਡੀ ਜਿਹੜੀ ਕੰਪਨੀ ਉੱਥੇ ਹੈ ਹੀ ਨਹੀਂ ਆ, ਬਲੈਕ ਲਿਸਟ ਆ ਕੁਛ ਵੀ ਉਹਦੇ ਕਰਕੇ ਆ ਗਈ ਆ, ਜਾਂ ਤੁਹਾਡੀ ਸੈਲਰੀ ਘੱਟ ਲੱਗੀ ਆ ਉਹਦੇ 'ਤੇ ਆ ਗਈ ਆ, ਕੋਈ ਵੀ ਇਸ਼ੂ ਜਿਹੜਾ ਹੈਗਾ ਵਾ ਉਹਦੇ ਕਰਕੇ ਰਿਜੈਕਸ਼ਨ ਆ ਗਈ, ਉਹ ਪੇਪਰ ਦੇ ਉੱਤੇ ਲਿਖ ਦਿੰਦੇ ਆ। ਜਦੋਂ ਤੁਹਾਨੂੰ ਪਾਸਪੋਰਟ ਮਿਲਦਾ ਵਾ ਉਹਦੇ ਵਿੱਚ ਪੇਪਰ ਹੁੰਦਾ, ਪੇਪਰ 'ਚ ਲਿਖਿਆ ਹੁੰਦਾ ਕਿ ਇਸ ਕਾਰਨ ਕਰਕੇ ਤੁਹਾਡੀ ਰਿਜੈਕਸ਼ਨ ਆਈ ਆ, ਅਤੇ ਉਹਦੀ 'ਤੇ ਰੀਪੀਲ ਕਰਨੀ ਹੁੰਦੀ ਆ, ਬਾਅਦ ਵਿੱਚ ਰੀਪੀਲ ਵਾਸਤੇ ਅਪੁਆਇੰਟਮੈਂਟ ਲੈਣੀ ਹੁੰਦੀ ਆ। ਰੀਪੀਲ ਕਰਨ ਦਾ ਜਿਹੜੀ ਫੀਸ ਆ ਉਹ 20 ਯੂਰੋ ਆ, ਮਤਲਬ 20 ਯੂਰੋ ਦੀ ਫੀਸ ਆ ਜਦੋਂ ਤੁਸੀਂ ਰੀਪੀਲ ਕਰਦੇ ਆ, ਅਤੇ ਰੀਪੀਲ ਦੇ ਵਿੱਚ ਜਿਹੜਾ ਡਾਕੂਮੈਂਟ ਤੁਹਾਡਾ ਨਹੀਂ ਸੀਗਾ ਫੁਲਫਿਲ, ਉਹ ਤੁਸੀਂ ਦੁਬਾਰਾ ਲਿਆਉਣਾ ਹੁੰਦਾ ਵਾ, ਦੁਬਾਰਾ ਉਹਨੂੰ ਕੰਪਲੀਟ ਕਰਨਾ ਹੁੰਦਾ, ਅਤੇ ਫਿਰ ਰੀ ਅਪੀਲ ਕਰਨੀ ਹੁੰਦੀ ਆ। ਅਤੇ ਰੀਪੀਲ ਦਾ ਵੀ ਜਿਹੜਾ ਰਿਜ਼ਲਟ ਉਹ ਸੇਮ ਹੀ ਆਉਂਦਾ, ਯਾਨੀ 90 ਦਿਨ ਦੇ ਵਿੱਚ ਉਹ ਦੇ ਦਿੰਦੇ, ਆਲਮੋਸਟ ਜਲਦੀ ਦੇ ਦਿੰਦੇ ਆ। ਬਟ ਹੁਣ ਇਹਨਾਂ ਦਿਨਾਂ ਵਿੱਚ ਜਿਹੜੀ ਰਿਜੈਕਸ਼ਨ ਨਹੀਂ ਲੱਗਦੀ ਪਈ, ਆਲਮੋਸਟ ਬਹੁਤ ਸਾਰੇ ਬੰਦੇ ਆ ਜਿਹਨਾਂ ਨੂੰ ਵੀਜ਼ਾ ਮਿਲਿਆ ਵਾ, ਅਤੇ ਕੋਵਿਡ ਕਰਕੇ ਪਹਿਲਾਂ ਰਿਜੈਕਸ਼ਨ ਲੱਗਦੀਆਂ ਸੀ। ਹਾਂ, ਜੇ ਤੁਹਾਡਾ ਕੋਈ ਡਾਕੂਮੈਂਟ ਨਹੀਂ ਕੰਪਲੀਟ ਹੈਗਾ ਤਾਂ ਰਿਜੈਕਸ਼ਨ ਦੇ ਚਾਂਸ ਹੈਗੇ, ਅਦਰਵਾਈਜ਼ ਨਹੀਂ ਹੈਗੇ। ਸੋ ਇਸ ਕਰਕੇ ਜਿਹੜੇ ਹੰਗਰੀ ਦੇ ਵੀਜ਼ੇ ਆ, ਵਰਕ ਕੰਟਰੈਕਟ ਆ, ਜਿਹੜੇ ਵਰਕ ਪਰਮਿਟ ਉਹ ਲੱਗਣੇ ਸਟਾਰਟ ਹੋ ਗਏ, ਵਿਜ਼ਿਟ ਵੀਜ਼ੇ ਵੀ ਸਟਾਰਟ ਹੋ ਗਏ ਆ, ਟੂਰਿਸਟ ਵੀਜ਼ੇ ਵੀ ਸਟਾਰਟ ਹੋ ਗਏ ਆ। ਹੰਗਰੀ ਦੀ ਅੰਬੈਸੀ ਜਿਹੜੀ ਦਿੱਲੀ ਵਿੱਚ ਉਹ ਓਪਨ ਵਾ, ਪ੍ਰੋਪਰ ਕੰਮ ਚੱਲਦਾ ਵਾ। ਜੇ ਤੁਸੀਂ ਅਪਲਾਈ ਕਰਨਾ ਵਾ ਜਾਂ ਤੁਹਾਨੂੰ ਕੋਈ ਕਹਿ ਰਿਹਾ ਤੁਹਾਡਾ ਯਾਰ ਦੋਸਤ ਜਾਂ ਕੋਈ ਵੀ, ਤਾਂ ਤੁਸੀਂ ਅਪਲਾਈ ਕਰ ਸਕਦੇ। ਸੋ ਇਹ ਸੀਗੀ ਹੰਗਰੀ ਦੀ ਅੰਬੈਸੀ ਦੇ ਨਾਲ ਰਿਲੇਟਡ, ਹੰਗਰੀ ਦੇ ਵਰਕ ਪਰਮਿਟ ਨਾਲ ਰਿਲੇਟਡ ਵੀਡੀਓ। ਮੈਂ ਟਰਾਈ ਕਰੂੰਗਾ ਕਿ ਹੰਗਰੀ ਦੀ ਜਿਹੜੀ TRC ਕਾਰਡ ਉਹਦੇ ਨਾਲ ਰਿਲੇਟਡ ਵੀ ਵੀਡੀਓ ਬਣਾਵਾਂ ਕਿ ਉਹ ਕਿੱਦਾਂ ਬਣਦੀ, ਕਿੰਨੇ ਟਾਈਮ 'ਚ ਤੁਹਾਨੂੰ ਮਿਲਦੀ ਆ ਜਿਹੜੀ ਹੰਗਰੀ ਦੀ TRC, ਜਿਹੜਾ ਹੰਗਰੀ ਦਾ TRC ਕਾਰਡ ਆ, ਅਤੇ ਉਹ ਕਿੰਨੇ ਚਿਰ ਦਾ ਹੁੰਦਾ ਵਾ। ਅਤੇ ਬਾਕੀ ਇੱਕ ਗੱਲ ਹੋਰ, ਹੰਗਰੀ ਜਿਹੜਾ ਉਹ ਸ਼ੈਨਗਨ ਦਾ ਕੰਟਰੀ ਆ, ਯੂਰਪ ਦਾ। ਹੰਗਰੀ ਦੇ TRC ਕਾਰਡ 'ਤੇ, ਹੰਗਰੀ ਦੇ ਵਰਕ ਪਰਮਿਟ 'ਤੇ, ਹੰਗਰੀ ਦਾ ਵਿਜ਼ਿਟ ਵੀਜ਼ਾ ਵਾ, ਟੂਰਿਸਟ ਵੀਜ਼ਾ ਵਾ, ਉਹਦੇ 'ਤੇ ਤੁਸੀਂ ਕਿਸੇ ਵੀ ਕੰਟਰੀ 'ਚ ਟਰੈਵਲ ਕਰ ਸਕਦੇ ਹਾਂ, ਜਿਹੜੀਆਂ 26 ਕੰਟਰੀਆਂ ਵਾ। ਤੁਸੀਂ ਪੁਰਤਗਾਲ, ਇਟਲੀ, ਸਪੇਨ, ਫਰਾਂਸ, ਜਰਮਨ ਕਿਤੇ ਵੀ ਜਾ ਸਕਦੇ ਹਾਂ, ਮਤਲਬ ਕੋਈ ਤੁਹਾਨੂੰ ਟੈਨਸ਼ਨ ਨਹੀਂ ਹੈਗੀ। ਇਸ ਤੋਂ ਇਲਾਵਾ ਤੁਸੀਂ ਕਰੋਸ਼ੀਆ, ਬੁਲਗਾਰੀਆ, ਰੋਮਾਨੀਆ, ਸਰਬੀਆ, ਇਹਨਾਂ 'ਤੇ ਵੀ ਜਾ ਸਕਦੇ ਹਾਂ, ਮੌਂਟੀਨੀਗਰੋ ਵਗੈਰਾ, ਇਹਨਾਂ ਕੰਟਰੀਆਂ, ਅਲਬਾਨੀਆ ਦੇ ਵਿੱਚ ਵੀ ਤੁਸੀਂ ਜਾ ਸਕਦੇ ਹਾਂ। ਮਤਲਬ ਇੱਕ ਤੁਹਾਡੇ ਕੋਲ ਵੀਜ਼ਾ ਵਾ, ਘੱਟੋ ਘੱਟ ਤੁਸੀਂ 30 ਤੋਂ 32 ਕੰਟਰੀਆਂ 'ਤੇ ਟਰੈਵਲ ਕਰ ਸਕਦੇ ਹੋ, ਮੈਂ ਅੱਗੇ ਵੀ ਤੁਹਾਨੂੰ ਦੱਸਦਾ ਹੁੰਦਾ। ਅਤੇ ਯੂਰਪ ਦਾ ਭਾਵੇਂ ਇੱਕੋ ਹੀ ਵੀਜ਼ਾ ਹੋਵੇ, ਉਹ ਚਾਹੇ ਹੰਗਰੀ ਦਾ ਹੋਵੇ, ਪੋਲੈਂਡ ਦਾ ਹੋਵੇ, ਕੋਈ ਵੀ ਹੋਵੇ। ਅਤੇ ਇਹ ਸੀਗੀ ਅੱਜ ਦੀ ਵੀਡੀਓ, ਬਾਕੀ ਜੇ ਚੰਗੀ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸੋ ਧੰਨਵਾਦ ਜੀ ਸਾਰਿਆਂ ਦਾ, ਥੈਂਕ ਯੂ।